ਕਸ਼ਮੀਰ ਦਾ ਇਤਿਹਾਸ ਹੈ, ਜਦੋਂ ਭਾਈ ਫੇਰੂ ਸਿੰਘ ਜੀ ਤੋਂ ਲੈ ਕੇ ਬਾਬਾ ਮੇਲਾ ਸਿੰਘ ਦੀ ਕੱਖ, ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸੀ, ਜਿਹੜਾ ਸਿੱਖੀ ਦਾ ਪ੍ਰਚਾਰ ਅਤੇ ਸਿੱਖੀ ਦੀ ਦ੍ਰਿੜਤਾ ਇਸ ਇਲਾਕੇ ਦੇ ਵਿੱਚੋਂ ਜਿਹੜੀ ਖੁਸ਼ਬੂ ਉਸਨੇ ਬਖੇਰੀ ਹੈ ਨਾ, ਉਹਦੇ ਵਿੱਚ ਵੀ ਇਹੋ ਜਿਹੀਆਂ ਕਈ ਕਠਿਨਾਈਆਂ 'ਚ ਸਿੰਘਾਂ ਨੂੰ ਲੰਘਣਾ ਪਿਆ। ਆ ਤੁਹਾਡੇ ਬਾਰਾਮੁੱਲੇ ਦੇ ਨੇੜੇ ਇੱਕ ਪਿੰਡ ਹੈ ਡਿੰਗੀ ਬੱਚਾ ਦੇ ਕੋਲ, ਵਾਂਪੁਰਾ। ਵਾਂਪੁਰਾ ਪਿੰਡ ਦੇ ਵਿੱਚ ਇੱਕ ਇਹੋ ਜਿਹੀ ਸ਼ਹੀਦੀ ਹੋਈ ਹੈ, ਜਦੋਂ ਮੈਂ ਖੁਦ ਉਸ ਦੇ ਉੱਪਰ ਡਾਕੂਮੈਂਟਰੀ ਤਿਆਰ ਕਰ ਰਿਹਾ ਸੀ, ਅਤੇ ਜਦੋਂ ਮੈਂ ਸਭ ਤੋਂ ਪਹਿਲਾਂ ਦੋ ਕਿਤਾਬਾਂ 'ਚ ਉਸ ਸ਼ਹਾਦਤ ਨੂੰ ਪੜ੍ਹਿਆ, ਅਤੇ ਜਦੋਂ ਮੈਂ ਉਸ ਸ਼ਹੀਦੀ ਨੂੰ ਪੜ੍ਹਿਆ ਤਾਂ ਮੈਂ ਸੋਚਦਾ ਸੀ ਕਿ ਸਾਡੇ ਕਸ਼ਮੀਰ ਦੇ ਸਿੱਖ ਇਹਨਾਂ ਸ਼ਹੀਦੀਆਂ ਦੇ ਉੱਪਰ ਅਜੇ ਤੱਕ ਕੋਈ ਸੈਮੀਨਾਰ ਕਿਉਂ ਨਹੀਂ ਕਰ ਰਹੇ। 21 ਅਕਤੂਬਰ ਤੋਂ ਲੈ ਕੇ 28 ਅਕਤੂਬਰ ਤੱਕ 18,500 ਸਿੱਖ ਇਸ ਕਸ਼ਮੀਰ ਦੀ ਧਰਤੀ 'ਤੇ ਸ਼ਹੀਦ ਹੁੰਦਾ ਹੈ, ਅਤੇ ਸੱਚ ਜਾਣਿਓ ਕੋਈ ਇੱਕ ਵੀ ਸੈਮੀਨਾਰ ਨਹੀਂ, ਇੱਕ ਵਾਰੀ ਵੀ ਨਹੀਂ ਅਸੀਂ ਯਾਦ ਕਰ ਸਕੇ ਉਹਨਾਂ ਨੂੰ। ਮੈਂ ਹੈਰਾਨ ਰਹਿ ਗਿਆ। ਉੱਥੋਂ ਦੇ ਰਹਿਣ ਵਾਲੇ ਸੀ ਸਰਦਾਰ ਗੰਗਾ ਸਿੰਘ ਰੈਂਸ। ਜਦੋਂ ਸਾਰੇ ਪਿੰਡ ਨੂੰ ਕਬਾਇਲੀਆਂ ਨੇ ਘੇਰ ਲਿਆ ਵਾਂਪੁਰੇ ਨੂੰ, ਸਰਦਾਰ ਗੰਗਾ ਸਿੰਘ ਰੈਂਸ ਨੇ ਜੰਗਲ 'ਚ ਜਾ ਕੇ ਕਬਾਇਲੀਆਂ ਦਾ ਮੁਕਾਬਲਾ ਕੀਤਾ। ਕਬਾਇਲੀ ਅਤੇ ਪਾਕਿਸਤਾਨੀ ਫੌਜੀ ਇਸ ਪਰਿਵਾਰ ਨੇ ਇਵੇਂ ਦਾ ਮੁਕਾਬਲਾ ਕੀਤਾ ਕਿ ਜੰਗਲ 'ਚੋਂ ਮੈਦਾਨ ਛੱਡ ਕੇ ਭੱਜ ਗਏ। ਸਰਦਾਰ ਗੰਗਾ ਸਿੰਘ ਨੇ ਸੋਚਿਆ ਕਿ ਹੁਣ ਮੈਂ ਘਰ ਵਾਪਸ ਆ ਜਾਂਦਾ, ਕਿਉਂਕਿ ਹੁਣ ਤਾਂ ਕਬਾਇਲੀ ਉੱਥੋਂ ਭੱਜ ਗਏ ਨੇ। ਉਹ ਆਪਣੇ ਬੇਟੇ ਸਾਹਿਬ ਸਿੰਘ, ਘਰ ਵਾਲੀ ਮਾਨ ਕੌਰ, ਦੋ ਪੋਤਰੇ ਅਤੇ ਪੋਤਰੀ ਨੀਤ ਕੌਰ ਅਤੇ ਸਰਜੀਤ ਸਿੰਘ, ਅਤੇ ਆਪਣੀ ਨੌਂ ਬੀਬੀ ਮੱਖਣ ਕੌਰ ਦੇ ਨਾਲ ਵਾਪਸ ਆਪਣੇ ਘਰ ਦੇ ਵਿੱਚ ਆ ਕੇ ਵਾਪਰ। ਰਾਤ ਨੂੰ ਕਬਾਇਲੀਆਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਪਿੰਡ ਨੂੰ ਘੇਰ ਲਿਆ। ਅਖੀਰ ਜਦੋਂ ਗੋਲੀ, ਸਿੱਕਾ, ਕਿਰਪਾਨਾਂ, ਹਥਿਆਰ ਖਤਮ ਹੋ ਗਏ ਤਾਂ ਇਹਨਾਂ ਦੇ ਸਾਰੇ ਘਰ ਨੂੰ ਘੇਰ ਕੇ ਪਹਿਲਾਂ ਔਰਤਾਂ ਦੇ ਸਾਹਮਣੇ ਮਰਦ ਮੈਂਬਰਾਂ ਨੂੰ ਬੰਦ ਬੰਦ ਕੱਟ ਕੇ ਕਤਲ ਕੀਤਾ ਗਿਆ। ਸਰਦਾਰ ਗੰਗਾ ਸਿੰਘ ਨੂੰ ਕੱਟ ਕੇ ਸ਼ਹੀਦ ਕੀਤਾ ਗਿਆ, ਉਹਦੇ ਬੇਟੇ ਸਾਹਿਬ ਸਿੰਘ ਨੂੰ ਸ਼ਹੀਦ ਕੀਤਾ ਗਿਆ, ਸਾਹਿਬ ਸਿੰਘ ਦੀ ਮਾਤਾ ਬੀਬੀ ਮਾਨ ਕੌਰ ਨੂੰ ਸ਼ਹੀਦ ਕੀਤਾ ਗਿਆ, ਅਤੇ ਬੀਬੀ ਮੱਖਣ ਕੌਰ ਉਦੋਂ ਜਵਾਨ ਅਵਸਥਾ ਦੇ ਵਿੱਚ ਸੀ। ਉਹਨੂੰ ਕਬਾਇਲੀ ਕਹਿਣ ਲੱਗੇ, ਜੇ ਤੋ ਹੂਰ ਹੈ, ਜੇ ਤੋ ਜੰਨਤ ਕੀ ਕੋਈ ਪਰੀ ਲੱਗਤੀ ਹੈ, ਇਸਕੋ ਸਾਥ ਲੈ ਕੇ ਜਾਏਂਗੇ। ਉਹਦਾ ਉਦੋਂ ਇੱਕ ਛੋਟਾ ਜਿਹਾ ਬੱਚਾ ਸੀ ਸੁਰਜੀਤ ਸਿੰਘ, ਇੱਕ ਛੋਟੀ ਜਿਹੀ ਬੱਚੀ ਸੀ ਨੀਤ ਕੌਰ। ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਕਤਲ ਕਰ ਦਿੱਤਾ, ਦੋ ਛੋਟੇ ਬੱਚੇ ਅਤੇ ਇੱਕੋ ਬੀਬੀ ਜਿਉਂਦੀ ਹੈ, ਅਤੇ ਉਹਨੂੰ ਕਬਾਇਲੀ ਕਹਿੰਦੇ ਨੇ ਅਸੀਂ ਤੈਨੂੰ ਨਾਲ ਲੈ ਕੇ ਜਾਣਾ, ਅਤੇ ਬੀਬੀ ਕਹਿੰਦੀ ਕੀ ਹੈ, ਠੀਕ ਹੈ, ਜੇ ਤੁਸੀਂ ਮੈਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਹੋ ਮੈਂ ਤਿਆਰ ਹਾਂ, ਪਰ ਮੇਰੀ ਇੱਕ ਬੇਨਤੀ ਹੈ ਚੱਲਣ ਤੋਂ ਪਹਿਲਾਂ, ਕਿ ਮੈਂ ਸਿੱਖਾਂ ਦੀ ਬੱਚੀ ਹਾਂ, ਆਹ ਮੇਰੇ ਪਰਿਵਾਰ ਦੀਆਂ ਲਾਸ਼ਾਂ ਪਈਆਂ ਨੇ, ਸਭ ਤੋਂ ਪਹਿਲਾਂ ਮੈਨੂੰ ਇਹਨਾਂ ਲਾਸ਼ਾਂ ਦਾ ਆਪਣੇ ਧਾਰਮਿਕ ਅਕੀਦਿਆਂ ਦੇ ਅਨੁਸਾਰ ਅੰਤਿਮ ਸੰਸਕਾਰ ਕਰਨ ਦਿਓ, ਫਿਰ ਮੈਂ ਤੁਹਾਡੇ ਨਾਲ ਚਲੀ ਜਾਵਾਂਗੀ। ਉਹਨਾਂ ਕਬਾਇਲੀਆਂ ਨੇ ਲੱਕੜੀਆਂ ਵੀ ਇਕੱਠੀਆਂ ਕਰਵਾਈਆਂ ਕਿ ਸ਼ਾਇਦ ਬੀਬੀ ਨਾਲ ਜਾਣ ਨੂੰ ਤਿਆਰ ਹੋ ਗਈ ਹੈ। ਬੀਬੀ ਨੇ ਆਨੰਦ ਸਾਹਿਬ ਦਾ ਪਾਠ ਕੀਤਾ, ਉਹਨਾਂ ਲੱਕੜੀਆਂ ਦੇ ਉੱਪਰ ਆਪਣੇ ਪਰਿਵਾਰ ਦੀਆਂ ਲਾਸ਼ਾਂ ਰੱਖੀਆਂ, ਅਰਦਾਸ ਕੀਤੀ। ਕਬਾਇਲੀ ਬੜੇ ਖੁਸ਼ ਸੀ ਕਿ ਬੀਬੀ ਨੇ ਹੁਣ ਦੋਵੇਂ ਬੱਚੇ ਚੁੱਕ ਲਏ ਨੇ, ਸਾਡੇ ਨਾਲ ਜਾਣ ਨੂੰ ਤਿਆਰ ਹੋ ਗਈ ਹੈ। ਜਦੋਂ ਚਿਖਾ ਪੂਰੀ ਪਲ ਗਈ, ਬੀਬੀ ਨੇ ਅਰਦਾਸਾ ਕੀਤਾ ਅਤੇ ਬੋਲੇ ਸੋਰ ਨਹਾ ਦਾ ਜਕਾਰਾ ਲਾ ਕੇ ਆਪ ਵੀ ਚਿਖਾ 'ਚ ਛਾਲ ਮਾਰ ਦਿੱਤੀ। ਕੀ ਇਹ ਸ਼ਹਾਦਤ ਛੋਟੀ ਹੈ? ਇਹ ਤੁਹਾਡੇ ਕਸ਼ਮੀਰ ਦੀਆਂ ਛਪੀਆਂ 3 ਕਿਤਾਬਾਂ 'ਚ ਸ਼ਹਾਦਤ ਛਪੀ ਹੈ, ਅਤੇ ਮੈਂ ਸੋਚਦਾ ਸੀ, ਹੈਰਾਨ ਹਾਂ ਕਿ ਅਸੀਂ ਇਹਨਾਂ ਸ਼ਹੀਦੀਆਂ ਨੂੰ ਕਿਉਂ ਭੁੱਲਦੇ ਜਾ ਰਹੇ। ਅਜੇ ਤੱਕ ਇਹ ਸ਼ਹੀਦੀਆਂ ਅਸੀਂ ਦੁਨੀਆਂ ਦੇ ਨਕਸ਼ੇ ਦੇ ਉੱਪਰ ਕਿਉਂ ਨਾ ਲੈ ਕੇ ਆਏ, ਕਿ ਜੇ ਅੱਜ
ਕਸ਼ਮੀਰ ਹਿੰਦੁਸਤਾਨ ਦਾ ਹਿੱਸਾ ਹੈ ਤੇ ਇਹਨਾਂ 18,000 ਸਿੱਖਾਂ ਦੀਆਂ ਕੁਰਬਾਨੀਆਂ ਦੇ ਕਰਕੇ ਹੈ। ਕਰਾਚੀ ਮਸਾਵਾਤ ਉਰਦੂ ਦੀ ਅਖਬਾਰ ਦੇ ਵਿੱਚ ਉਸ ਵੇਲੇ ਦੇ ਪਾਕਿਸਤਾਨੀ ਫੌਜ ਦੇ ਜਰਨੈਲ ਖੁਰਸ਼ੀਦ ਅਨਵਰ ਨੇ ਕਿਹਾ ਸੀ, ਕਹਿੰਦਾ ਜੇ ਕਿਤੇ ਅਤਮਨਾ ਬੇਰਵਾ ਤੇ ਇਸ਼ਾਮੇ ਦੇ ਸਿੱਖ ਸਾਡਾ ਮੁਕਾਬਲਾ ਨਾ ਕਰਦੇ। ਮੁਕਾਬਲਾ ਕੀਤਾ ਕਿਹਦੇ ਨਾਲ? ਪਾਕਿਸਤਾਨ ਦੀ ਫੌਜ ਦਾ ਮੁਕਾਬਲਾ ਟਰੱਕਾਂ ਦੇ ਐਕਸਲਾਂ ਦੀਆਂ ਬਣਾਈਆਂ ਦੇਸੀ ਤੋਪਾਂ ਦੇ ਨਾਲ। ਇਹ ਗੱਲ ਪਾਕਿਸਤਾਨ ਦੇ ਉਸ ਮੇਜਰ ਖੁਰਸ਼ੀਦ ਅਨਵਰ ਨੇ ਕਰਾਚੀ ਮਸਾਵਾਤ ਅਖਬਾਰ 'ਚ ਕਹੀ ਸੀ ਕਿ ਜੇਕਰ ਅਤਨਾ ਬੇਰਵਾ ਇਸ਼ਾਮਾ ਤੇ ਸ਼ੂਰਾ ਪਿੰਡ ਦੇ ਸਿੱਖ ਜਿਹੜੇ ਸੀਗੇ ਉਹਨਾਂ ਦੇਸੀ ਤੋਪਾਂ ਦੇ ਨਾਲ ਸਾਡਾ ਮੁਕਾਬਲਾ ਨਾ ਕਰਦੇ ਤੇ ਅਸੀਂ 24 ਤਰੀਕ ਨੂੰ ਸ਼੍ਰੀਨਗਰ ਦੇ ਹਵਾਈ ਅੱਡੇ 'ਤੇ ਕਬਜ਼ਾ ਕਰ ਲੈਣਾ ਸੀ। ਇਹ ਜੇ ਦੇਸ਼ ਬਚਿਆ ਤਾਂ ਤੁਹਾਡੀਆਂ ਕੁਰਬਾਨੀਆਂ ਕਰਕੇ ਬਚਿਆ। ਔਰ ਮੈਂ ਚਾਹੂੰਗਾ ਕਿ ਇਹਨਾਂ ਕਸ਼ਮੀਰ ਦੇ ਸਿੱਖਾਂ ਦੀਆਂ ਸ਼ਹਾਦਤਾਂ ਦੇ ਉੱਪਰ ਵੀ ਸਾਨੂੰ ਕੋਈ ਨਾ ਕੋਈ ਦਿਨ ਜ਼ਰੂਰ ਮਨਾਉਣਾ ਚਾਹੀਦਾ। ਇੰਨੀਆਂ ਵੱਡੀਆਂ ਕੁਰਬਾਨੀਆਂ, ਅਸ਼ਹੂਰੇ ਦਾ ਬਾਗ ਸਿੱਖਾਂ ਦੇ ਸਿਰ ਕੱਟ ਕੇ ਰੁੱਖਾਂ ਦੇ ਨਾਲ ਟੰਗੇ ਗਏ। ਸਰਦਾਰ ਠਾਕਰ ਸਿੰਘ ਆਪਣੇ ਪਰਿਵਾਰ ਦੇ ਵਿੱਚ 25 ਬੱਚੀਆਂ, ਨੌਜਵਾਨ ਬੱਚੀਆਂ ਨੂੰ ਆਪ ਕਤਲ ਕੀਤਾ ਕਿ ਮੁਸਲਮਾਨ ਕਬਾਇਲੀ ਇਹਨਾਂ ਦੀ ਇੱਜ਼ਤ ਨਾ ਲੁੱਟਣ। ਇਹ ਛੋਟੀਆਂ ਸ਼ਹਾਦਤਾਂ ਸੀ। ਔਰ ਸੱਚ ਜਾਣਿਓ, ਇਹ ਸੱਚ ਹੈ ਜਿਹੜੀ ਗੱਲ ਭਾਈ ਗੁਰਦਾਸ ਕਹਿੰਦੇ ਨੇ ਨਾ, ਜਿਉਂ ਮਣ ਕਾਲੇ ਸੱਪ ਸਿਰ ਹੱਥ ਦੇਣ ਨਾ ਜਾਣੀ। ਜਦੋਂ ਕੌਮ ਦਾ ਸੁਨਹਿਰੀ ਵਿਰਸਾ ਬਚਾਉਣਾ ਹੁੰਦਾ ਹੈ, ਇਹ ਸ਼ਹਾਦਤਾਂ ਦੇਣੀਆਂ ਪੈਂਦੀਆਂ ਨੇ। ਤੇ ਅਗਲੀ ਗੱਲ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ, ਜਾਣ ਕਥੂਰੀ ਮਿਰਗ ਦੇ ਮਾਰ ਮੁੱਕੇ ਆਣੀ। ਜਦੋਂ ਹਿਰਨ ਦੇ ਵਿੱਚੋਂ, ਜਦੋਂ ਮਿਰਗ ਦੇ ਵਿੱਚੋਂ ਕਸਤੂਰੀ ਕੱਢਣੀ ਪੈਂਦੀ ਹੈ ਨਾ, ਤੇ ਉਦੋਂ ਵੀ ਉਹਦੀ ਜਾਨ ਲੈਣੀ ਪੈਂਦੀ ਹੈ। ਭਾਵ ਕਿ ਜਦੋਂ ਤੁਸੀਂ ਕੋਈ ਪ੍ਰਾਪਤੀ ਕਰਨੀ ਹੁੰਦੀ ਹੈ, ਤੁਹਾਨੂੰ ਕੋਈ ਨਾ ਕੋਈ ਕਿਸੇ ਔਖੀ ਪ੍ਰਕਿਰਿਆ 'ਚੋਂ ਲੰਘਣਾ ਪੈਂਦਾ ਹੈ, ਜਿਸ ਨੂੰ ਸ਼ਹਾਦਤ ਕਿਹਾ ਜਾਂਦਾ।